महाराज लो काका कितने तेरी गिर कड़ी है नहीं तेरी लाश ना मान ले हल्का जे तेल लावे ते खुल के बजे नहीं सुकून होता पिछले क्या हल्का जा मुंह करे मरोड ब्लड ता डेल भी होता है मरोड ब्लड मैं अपनी सैदी के पीछे आया रेगिस्तान तो लगता लगता असी आशिक लोग हाँ हाँ अच्छा जी भाई ऐसे फिर आने मुराद ब्लोच असि आशिक लोग हां रेगिस्तान तो पीछे अपनी शहरी में लबण वास्ते आए हां मेनू तेरी शहरी का तो पता नहीं चुप कर बे अच्छा ओदी बात है अंज चुप कर ए तेरे से छोटा है बड़ी आवाज से चुप की है मेनू तेरी शहरी का तो पता नहीं तू आज मेनू ही अपनी शहरी समझ ला ਉਹਦਾ ਤੇ ਸ਼ੀਂ ਵਰਗਾ ਕੱਦ ਉੱਚਾ ਲੰਮਾ ਸ਼ੇਰਨੀ ਵਰਗੀ ਚਾਲ ਤੇ ਜਦੋਂ ਪਹਿਲਾ ਪਾਉਂਦੀ ਸੀ ਮੋਰਨੀ ਅੱਗੀ ਤੂੰ ਦਮੇ ਵਾਲੀ ਖੋਤੀ ਏ ਕੌਣ ਦਮੇ ਵਾਲੀ ਖੋਤੀ ਮੈਨੂੰ ਕਹਿ ਦਿੱਤੀ ਖੋਤਿਆ ਨੇ ਕਿੱਥੋਂ ਆਈ ਏ ਨੀਨੂ ਮੈਨੂੰ ਨਹੀਂ ਕਹਿਣਾ ਮੈਂ ਸਾਰਾ ਬਲੋਚ ਨਾ ਚੀਰ ਪਾੜ ਜਾਂਗੀ ਸਮਝ ਆਈ ਨਾ ਹਾਂ ਤੈਨੂੰ ਬਲੋਚ ਦਾ ਨਹੀਂ ਪਤਾ ਅਗਰ ਨਿਕਾ ਬਲੋਚ ਵੇਖੀ ਨਹੀਂ ਕਦੇ ਰਾਤ ਨੂੰ ਸੁੱਤੇ ਪੈ ਬਲੋਚ ਨੂੰ ਉਠਾਈ ਨਹੀਂ ਬਲੋਚ ਗਹਿਰੀ ਨੀਂਦਰ ਤੇ ਰਾਤ ਡੇਢ ਵਜੇ ਸੁੱਤਾ ਹੋਵੇ ਹਾਂ ਉਹਨੂੰ ਜਗਾਉਣਾ ਹੋਵੇ ਤੇ ਦਬੇ ਪਾਉਂ ਦੇ ਕਮਰੇ 'ਚ ਜਾਣਾ ਆਰਾਮ ਨਾਲ ਦਰਵਾਜ਼ਾ ਖੋਲ ਕੇ ਕੱਪੜਾ ਇੱਧਰ ਕਰਕੇ ਕਹਿਣਾ ਫਿਰ ਮੇਰਿਆ ਬਲੋਚਾ ਜੇ ਤੇ ਬਲੋਚ ਪਹਿਲੀ ਵਾਰੀ ਉੱਠ ਪਵੇ ਤੇ ਸਮਝੋ ਤਵਾਨਾ ਤੇ ਜੇ ਹਲਾਇਆ ਵੀ ਨਾ ਉੱਠੇ Don't disturb me. ਓਏ ਤੂੰ ਬਲੋਚ ਹੈ ਅੱਛਾ ਤੇਰੇ ਵਰਗੀ ਕੁੜੀ ਨਾ ਪਹਾੜ ਤੋਂ ਇਸ ਵਾਸਤੇ ਛਾਲ ਮਾਰਦੇ ਨਹੀਂ ਵੀ ਸਿਰ ਮੇਰੇ ਵਾਲ ਉੱਡਦੇ ਨਜ਼ਰੋਂ ਚੰਗੀ ਗੱਲ ਕੋਈ ਕਰ ਔਰਤ ਜ਼ਾਤ ਨਾ ਇੱਜ਼ਤ ਕੀਤੀ ਕਰੋ ਸਮਝ ਆਈ ਨਾ ਅਸੀਂ ਇੱਜ਼ਤ ਕਰਨੇ ਆ ਅਸੀਂ ਇੰਨੀ ਇੱਜ਼ਤ ਕੀਤੀ ਹੈ ਉਹਨੇ ਤੇ ਤੁਸੀਂ ਵੀ ਨਹੀਂ ਇੱਜ਼ਤ ਕੀਤੀ ਤੁਸੀਂ ਆਪਣੀ ਇੱਜ਼ਤ ਦੀ ਇੱਜ਼ਤ ਨਹੀਂ ਕੀਤੀ ਤੁਸੀਂ ਪਹਿਲਾਂ ਹੀ ਬੜੀ ਰੋਲ ਸੀ ਆ ਦੁੱਖ ਤੂੰ ਆ ਤੂੰ ਕੁੜੀ ਦਾ ਮਾਮਾ ਸਾਣਾ ਆਇਆ ਦਾ ਸ਼ਰੀਕ ਹੋਏ ਵਿੱਚ ਕਹਿੰਦਾ ਓ ਦੁੱਖ ਗੱਲ ਸੁਣੋ ਅੰਦਰ ਆ ਫਾਈਨ ਬਲੋਚ ਸਾਡਾ ਪੈਣਾ ਦਾ ਕੰਨ ਨਹੀਂ ਬੰਦੇ ਅਸੀਂ ਆਸ਼ਕ ਲੋਗ ਆ ਮੈਂ ਤੇ ਆਸ਼ਕਾਂ ਦੀ ਵੈਸੇ ਬਹੁਤ ਕਦਰ ਕਰਨੀ ਆ ਚਲਾ ਅੰਦਰ ਚਲੀਏ 2 ਮਿੰਟ ਨਹੀਂ ਨਹੀਂ ਕਦਰ ਪੂਰੀ ਕਰ ਲੈਣਾ ਉਹ ਵਾਲੀ ਨਹੀਂ ਹੈਲੋ ਚੱਲ ਦੇ ਡਰਾਮੇ 'ਚ ਇੱਕ ਨੰਬਰ ਆ ਗਿਆ ਲਓ ਭਾਈ ਸਾਹਿਬ ਕਿੱਥੇ ਚੱਲੇ ਹੋ ਗੁਜਰਾਂ ਵਾਲਾ ਜਿਹੜਾ ਬੰਦੇ ਜਿੱਥੇ ਮਰਜ਼ੀ ਇੰਜ ਲੱਗਦੇ ਜੀ ਬੈੱਡ ਸ਼ੀਟ ਨਵਾਂ ਲਾਏ ਹੈ ਇਤਫਾਕ ਵੀ ਬੜਾ ਹੀ ਅੱਠ ਬੰਦਿਆਂ ਨੇ ਇੱਕ ਸਿਗਰਟ ਲਾਇਆ ਹੁਣ ਤੇ ਆਖਰ ਕਹਿਣਗੇ ਆ ਫਰ ਸਰਵਰ ਓ ਆਹੋ ਬਿਲਕੁਲ ਬਿਲਕੁਲ ਸਹੀ ਕਹਿ ਰਹੇ ਤੁਸੀਂ ਬਲੋਚ ਫੇਰ ਮੈਂ ਕੀ ਕਰਾਂ ਕੰਨ ਪਾੜ ਗਿਆ ਮੇਰਾ ਸੁਣ ਸੁਣ ਬਲੋਚ ਬਲੋਚ ਆਸ਼ਿਕ ਲੋਗ ਇਹੋ ਜੀ ਕੁੜੀ ਜਿਹੜੀ ਨਾ ਗੋਂਦਲਾ ਦੇ ਆਵਾਜ਼ ਲਾ ਕੇ ਨਾਲੇ ਬਰਾਂ ਦੇ ਵੇਚ ਦੇ ਜੀ ਹਾਂ ਜੀ ਭਾਈ ਮੈਨੂੰ ਲੱਗਦਾ ਤੁਹਾਡੇ ਪੜ ਪਾੜ ਗਏ ਨੇ पठान नी फेरदा ओदे फट्टे ते तेरे नालों तगड़े सिपाही लगे हुंदे ਤੇ
ਤੇਰੇ ਵਰਗੀ ਕੁਸਰੀ ਨੂੰ 10 ਬੰਗਾ ਦੇਣ ਬੰਗਾ ਨਾ ਲੱਭੇ ਹਾਂ ਤੇ ਦੁਕਾਨ ਤੋਂ ਨਾ 15 ਰੁਪਏ ਦੀ ਸਮਾਦਰੇ ਆ ਗਣ ਤੇ ਬਹਿ ਕੇ ਇੰਜ ਕਰਨ ਦੇ ਹੁੰਦੇ ਨੇ ਜਿਹੜੀ ਮੰਜੀ ਬਹੁਤ ਵਾਜ਼ਾ ਕੱਢੇ ਨਾ ਉਹਦੇ ਪਾਵਿਆਂ 'ਚ ਅਸੀਂ ਤੇਰੇ ਵਰਗੀਆਂ ਝੀਪਰਾਂ ਫਸਾਉਂਦੇ ਹਾਂ ਇਹੋ ਜਿਹਾ ਖੁਸਰੀ ਨੂੰ ਕੋਈ 2-3 ਮਹੀਨੇ ਬੰਦਾ ਨਾ ਲੱਭੇ ਤੇ ਪੈਂਟ ਦੇ ਵਿੱਚ ਨਾ ਰੇਗ ਮਾਰ ਲਓ ਆਇਆ ਹੁੰਦਾ ਕਿਉਂ ਤੁਰ ਲਓ ਯਾਰ ਰਗੜੀ ਸਹੀ ਕਦੀ ਚੰਗੜ ਝੁਗੀਆਂ ਪੁੱਟ ਕੇ ਜਾਂਦੇ ਵੇਖੇ ਨੇ ਹਾਂ ਥੱਲੇ ਤੇਰੇ ਨਾਲ ਦੀ ਨਾ ਕੁੱਤੀ ਵੀ ਦੌੜਦੀ ਜਾਂਦੀ ਐ ਕਰਕੇ ਖੁਸਰੀ ਕੁੱਤੀ ਕਿਵੇਂ ਬਹਿੰਦੀ ਦੁਸ਼ਮਣੀ ਚੱਲ ਰਹੀ ਗਲੀ ਚ ਜਿਲਾਇਆ ਨੇ ਵੱਡੀਆਂ ਬਤਕਾਂ ਰੱਖੀਆਂ ਨੂੰ ਨੰਗਣ ਨਹੀਂ ਦਿੰਦੀਆਂ ਮੈਂ ਹੋਸ਼ ਤੋਂ ਹੀ ਪੁੱਛਿਆ ਹੋਇਆ ਕੀ ਕਹਿੰਦਾ ਢੱਕਣ ਅੰਦਰ ਲੰਘ ਗਿਆ